सियासत व्यापार धर्म ते फिल्म जगत दे नाल हुण कैनेडा ते अमेरिका दी हर वट्टी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम। अज लुधियाणा दे एमपी रवनीत बिट्टू वल्लों खालिस्तानी मुहिम दे विरोध च आए लोकां दा धन्नवाद कीता गया। बिट्टू ने एक वीडियो राही उन्हां लोकां दा धन्नवाद कीता है जो लोग विदेशां रहिंदे होए वी पंजाब अते भारत दे विच अमन शांति चाहुंदे हन। एमपी बिट्टू वल्लों दस्सिया गया कि इन्हां लोकां दे करके ही विदेशी सरकारां ने खालिस्तानी मुहिम नूं नकारिया है। देखो ये तुसीं जिहड़ी गल पुछी आ बिल्कुल मैं कल जदों ये मकसद ये सी भी ये हुण पन्नू होणा दा जिथे जिस धरती ते बैठे सी अमेरिका कैनेडियन गवर्नमेंट ने खास तौर ते इन्हां नूं बिल्कुल रिजेक्ट करता ते जिहड़े 99% पंजाबी ने एनआरआई ने उत्थे उन्हां दी गल सुणी भी पंजाब असीं पंजाब नूं चाहुंदे आ पंजाब च अमन शांति चाहुंदे आ असीं अपने देश दे तिरंगे दे नाल असीं खालिस्तान ते रेफरेंडम 2020 नाल नहीं गए। मैं उहदे नाल ये गल कही सी भी हुण मौका है लोहा गर्म हुण इन्हां ते इन्हां नूं जिहड़ी चपेड़ आ ਉਹ ਐਸੀ ਕਰਾਰੀ ਪਈ ਆ ਵੀ ਨਾਲ ਦੀ ਨਾਲ ਆਪਾਂ ਵੀ ਹੁਣ ਥੋੜਾ ਜਿਹਾ ਜਿਹੜਾ ਗਰਮ ਆ ਲੋਹਾ ਮਾਰ ਦਈਏ ਜਿਹੜੀਆਂ ਚਪੇੜਾਂ ਟਰੰਪ ਵੱਲੋਂ ਜਾਂ ਜਿਹੜੀਆਂ ਜਸਟਿਨ ਟਰੂਡੋ ਵੱਲੋਂ ਪਈਆਂ ਏ ਉਹਦਾ ਹੁਣ ਜਿਹੜਾ ਫਾਇਦਾ ਏ ਉਹ ਆ 4-5-10 ਦਿਨਾਂ ਚ ਕਿਉਂਕਿ ਇਹ ਸਾਰਿਆਂ ਨੂੰ ਫੜ ਲਓ। ਮੈਂ ਤਾਂ ਮੇਲ ਦਿੱਤੀ ਸੀ ਵੀ ਜਿੰਨੇ ਵੀ ਇਹਨਾਂ ਦੇ ਤੰਗ ਕੀਤੀ ਹੋਈਆਂ ਆਰਗੇਨਾਈਜੇਸ਼ਨਸ ਨੇ ਕਿਉਂਕਿ ਬਹੁਤ ਵੱਡੇ ਲੈਵਲ ਤੇ ਇਹਨਾਂ ਨੇ ਗੁਰਦੁਆਰਿਆਂ ਸਾਹਿਬ ਤੇ ਬਾਕੀ ਕਮੇਟੀਆਂ ਨੂੰ ਕੱਢ ਕੇ ਇਹ ਜਿਹੜੇ ਪੰਨੂ ਹੋਣੀ ਆ ਜਾਂ ਇਹਨਾਂ ਦੇ ਨਾਲ ਦੇ ਕੁਝ ਬੰਦੇ ਨੇ ਜਿਹੜੇ ਰੈਫਰੈਂਡਮ ਦੀ ਗੱਲ ਕਰਦੇ ਕਿਉਂਕਿ ਇਹ ਬੰਦੇ ਇੱਕ ਤਰ੍ਹਾਂ ਦੇ ਜਿਹੜੀਆਂ ਮੈਂ ਤੁਹਾਨੂੰ ਦੱਸਾਂ ਵੀ ਇੱਕ ਘੰਟੇ ਚ ਜਾਂ ਪਿਛਲੇ 12 ਘੰਟੇ ਚ ਲਾ ਲਓ ਮੈਨੂੰ 25 ਜਿਹੜੀਆਂ ਇਹ ਮੇਲਸ ਨੇ ਉਹ ਤਕਰੀਬਨ ਜਿਹੜੀਆਂ ਏ ਉਹ ਇਹਨਾਂ ਦੇ ਖਿਲਾਫ਼ ਪਹੁੰਚ ਗਈਆਂ ਵੀ ਆਹ ਸਾਡੀ ਕਮੇਟੀ ਦੀ ਆਹ ਗੁਰਦੁਆਰਾ ਸਾਹਿਬ ਦੀ ਇਹਨਾਂ ਨੇ ਜ਼ਬਰਦਸਤੀ ਕਬਜ਼ਾ ਕੀਤਾ ਉੱਥੇ ਲੱਖਾਂ ਰੁਪਈਆ ਜਿਹੜਾ ਇੰਡੀਅਨ ਕਰੰਸੀ ਦੇ ਹਿਸਾਬ ਨਾਲ ਇਹ ਮਹੀਨੇ ਦਾ ਚੜਾਵਾ ਹੈ ਜਿਹੜਾ ਉਹ ਆਪਣੇ ਇਸ ਖਾਲਿਸਤਾਨ ਲਈ ਵਰਤ ਰਹੇ ਆ। ਬਾਕੀ ਪਤਾ ਨਹੀਂ ਕਿੰਨਿਆਂ ਨੂੰ ਇਹਨਾਂ ਨੇ ਜਾਤੀ ਜਿਹਨਾਂ ਦੇ ਘਰ 'ਚ ਪਾੜੇ ਪਾਏ ਨੇ ਜ਼ਬਰਦਸਤੀਆਂ ਕੀਤੀਆਂ ਏ ਜ਼ਮੀਨਾਂ ਉਹਨਾਂ ਦੀਆਂ ਘਰ ਕੋਠੀ ਫੈਮਿਲੀ ਦੇ ਵਿੱਚ ਇੰਟਰਫੇਅਰ ਕਰ ਰਹੇ ਆ ਉਹਦੇ ਉੱਤੇ ਇਹ ਪਹੁੰਚਾਤੀਆਂ। ਇਸ ਕਰਕੇ ਮੈਂ ਦਿੱਤੀ ਸੀ ਵੀ ਉਹ ਲੋਕ ਜਿਹੜੇ ਉੱਥੇ ਬੈਠੇ ਆ ਅਮਨ ਪਸੰਦ ਉਹ ਆਪਣਿਆਂ ਨੂੰ ਇਹ ਨਾ ਸਮਝਣ ਵੀ ਇਹ ਕਿਤੇ ਬਹੁਤ ਵੱਡੇ ਨੇ। ਤੁਸੀਂ ਸਾਨੂੰ ਦੱਸੋ ਅਸੀਂ ਅੰਬੈਸੀ ਰਾਹੀਂ ਚਾਹੇ ਅਸੀਂ ਉਰੇ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਉਰੇ ਲੋਕਾਂ ਨੂੰ ਧੱਕਾ ਕਰਦੇ ਆ ਗੁੰਮਰਾਹ ਕਰਦੇ ਆ ਕਿਸੇ ਤੋਂ ਇਹਨਾਂ ਨੇ ਇੰਨੇ ਪੈਸੇ ਲਏ ਹੋਏ ਨੇ ਬਾਹਰ ਭੇਜਣ ਦੇ ਨਾਂ ਤੇ ਖਾਸ ਤੌਰ ਤੇ ਇਹਨਾਂ ਨੇ ਉਹ ਕੰਮ ਚਲਾਇਆ ਵੀ ਅਸੀਂ ਰੈਫਰੈਂਡਮ ਦੇ ਰੌਣ ਤੇ ਵੀ ਇੱਥੇ ਤੰਗ ਕਰਦੇ ਆ ਜੀ ਲੋਕ ਆਹ ਕਰਦੇ ਆ ਇਸ ਕਰਕੇ ਬਾਹਰ ਲੈ ਜਾਵਾਂਗੇ। ਇਹ ਬਹੁਤ ਐਸਾ ਮਨਸੂਬੇ ਆ ਤੇ ਪਰ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਵੀ ਉਹ 25-12 ਘੰਟੇ ਚ ਮੇਲਸ ਨੇ ਜਿਹੜੀਆਂ ਮੈਂ ਤੁਹਾਨੂੰ ਦਿਖਾ ਵੀ ਲਾਉਂਗੀ ਇਕੱਲੇ ਇਕੱਲੇ ਜਿਹੜੀਆਂ ਇਹਨਾਂ ਦੇ ਸ਼ਹਿਰਾਂ ਚੋਂ ਪਹੁੰਚੀਆਂ ਨੇ ਹੋਰ ਇਹਨਾਂ ਦੀਆਂ ਜਿਹੜੀ ਇਕੱਲੀ ਇਕੱਲੀ ਮੇਲ ਆ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਤੇ ਭੇਜੋ ਤੇ ਇਹਨਾਂ ਦਾ ਸਾਰਾ ਭੰਡ ਆ ਉਹਦੇ ਨਾਲ ਪਤਾ ਕੀ ਹੈ ਗੱਲ ਉਹਦੇ ਨਾਲ ਮਕਸਦ ਇੰਨਾ ਹੈ ਵੀ ਜਿਹੜਾ ਤੁਸੀਂ ਇਜਾਜ਼ਤ ਦਿਓਗੇ ਜਿਹੜਾ ਤੁਸੀਂ ਆਪਣਾ ਨਾਂ ਨਹੀਂ ਦੇਣਾ ਚਾਹੁੰਦੇ ਦੱਸਣਾ ਨਹੀਂ ਚਾਹੁੰਦੇ ਉਹ ਅਲੱਗ ਗੱਲ ਆ ਤੇ ਜਿਹੜਾ ਸੀਕ੍ਰੇਸੀ ਰੱਖਣੀ ਹੋਊ ਉਹ ਵੀ ਰੱਖਾਂਗੇ ਪਰ ਜਿਹੜਾ ਤੁਸੀਂ ਕਹੋਗੇ ਹਾਂ ਵੀ ਇਹਨਾਂ ਦਾ ਭਾਂਡਾ ਬਾਹਰ ਭੰਨੋ ਦਿਖਾਓ ਵੀ ਇਹ ਕੀ ਕਰਦੇ ਰਹੇ ਆ ਉਹ ਮੀਡੀਆ 'ਚ ਦਿਖਾਵਾਂਗੇ ਵੀ ਜਿਹੜਾ ਇਹ ਕੂੜ ਪ੍ਰਚਾਰ ਕਰਦੇ ਆ ਉਹਦੇ ਖਿਲਾਫ ਕੀ ਇਹਨਾਂ ਦੇ ਮਨਸੂਬੇ ਆ ਉਹ ਦੱਸਾਂਗੇ। ਇਹ ਕਰਕੇ ਇਸ ਕਰਕੇ ਉਹ ਮੇਲ ਆ ਜਿਹੜੀ ਦਿੱਤੀ ਸੀ ਇਦੋਂ ਬਾਅਦ ਹੋਰ ਕੁਛ ਗੱਲ ਨਹੀਂ ਪਰ ਇੱਕੋ ਜਗ੍ਹਾ ਇਹਨਾਂ ਲਈ ਰਹਿ ਗਈ ਆ ਹੁਣ ਇੱਕੋ ਜਿੱਥੇ ਪਹਿਲਾਂ ਜੰਮੂ ਕਸ਼ਮੀਰ ਦੇ ਅੱਤਵਾਦੀ ਲੁਕੇ ਹੋਏ ਨੇ ਤੇ ਜਿੱਥੇ ਪੰਜਾਬ ਵਾਲੇ ਕਈ ਉੱਥੇ ਚਾਵਲੇ ਵਰਗੇ ਹੋਰ ਕਈ ਪੰਮੇ ਵਰਗੇ ਹੋਰ ਇਹੋ ਜਿਹੇ ਅਲੱਗ ਅਲੱਗ ਇਹ ਸਾਰਿਆਂ ਨੂੰ ਹੁਣ ਸਿਰਫ ਤੇ ਸਿਰਫ ਪਾਕਿਸਤਾਨ ਉਹ ਵੀ ਜਿਹੜੀਆਂ ਉੱਥੇ ਗੁਫਾਵਾਂ ਨੇ ਜਿਹੜੇ ਪਹਾੜੀ ਇਲਾਕੇ 'ਚ ਜਿੱਥੇ ਠੰਡ ਪੈਂਦੀ ਹੈ ਉੱਥੇ ਇੱਕ ਲੁਕਣ ਦੀ ਜਗ੍ਹਾ ਰਹਿ ਗਈ ਬਾਕੀ ਸਭ ਦੇਸ਼ਾਂ ਨੇ ਜਦੋਂ ਕੈਨੇਡਾ ਜਿੱਥੇ ਸਭ ਤੋਂ ਵੱਧ ਆਬਾਦੀ ਸਾਡੇ ਹਿੰਦੁਸਤਾਨ ਪੰਜਾਬ ਤੋਂ ਬਾਅਦ ਸਿੱਖਾਂ ਦੀ ਪੰਜਾਬੀਆਂ ਦੀ ਉੱਥੇ ਆ ਉਹਨਾਂ ਨੇ ਇਹਨਾਂ ਨੂੰ ਕੱਢ ਤਾ ਜਿਹਨਾਂ ਨੂੰ ਧੌਂਸ ਦਿੰਦੇ ਸੀਗੇ ਵੋਟਾਂ ਦੀ ਵੀ ਅਸੀਂ ਤੁਹਾਨੂੰ ਪਾ ਕੇ ਐਮਪੀ ਬਣਾਉਂਦੇ ਹਾਂ ਜਿਤਾਉਂਦੇ ਉਹਨਾਂ ਨੂੰ ਲੱਗ ਗਿਆ ਪਤਾ ਵੀ 99% ਤਾਂ ਸ਼ਾਂਤੀ ਵਾਲੇ ਨੇ ਭਾਈ ਆਪਣੇ ਦੇਸ਼ ਸੁੱਖ ਸ਼ਾਂਤੀ ਚਾਹੁੰਦੇ ਆ ਉੱਥੇ ਜਾਂਦੇ ਆ ਉੱਥੇ ਜੁੜੇ ਹੋਏ ਨੇ ਆਪਣੀਆਂ ਜੜ੍ਹਾਂ ਨਾਲ ਇਹ ਲੋਕ ਉਹ ਨੇ ਜਿਹੜੇ ਭਗੌੜੇ ਨੇ ਉਹ ਨਾ ਇਹ ਕਦੇ ਹਿੰਦੁਸਤਾਨ ਪੰਜਾਬ ਆ ਸਕਦੇ ਆ ਤੇ ਇਹਨਾਂ ਤੋਂ ਕੀ ਲੈਣਾ ਜੀ ਕਿਉਂਕਿ ਅੱਜ ਹਿੰਦੁਸਤਾਨ ਇੱਕ ਤਾਕਤ ਆ ਚਾਈਨਾ ਤੋਂ ਬਾਅਦ ਅੱਜ ਜਦੋਂ ਕੋਵਿਡ ਤੋਂ ਬਾਅਦ ਕਰੋਨਾ ਤੋਂ ਬਾਅਦ ਬਹੁਤ ਵੱਡਾ ਮੌਕਾ ਹੈ ਇੰਡੀਆ ਵੈਸੇ ਵੀ ਇੰਡੀਆ ਤਾਂ ਬਹੁਤ ਵੱਡੀ ਤਾਕਤ ਆ ਦੁਨੀਆਂ ਦੀ ਇਸ ਵੇਲੇ ਉਹ ਮੁਲਕ ਥੋੜੀ ਹੈ ਜਦੋਂ ਤੁਸੀਂ ਸੋਚਦੇ ਹੋ ਸ਼ਿੰਦ ਉੱਤੇ ਬੈਠੇ ਵੀ ਇਹ ਤਾਂ ਗੋਰਿਆਂ ਦੇ ਰਾਜ ਕਰਦੇ ਸੀ ਅੱਜ ਉਹੀ ਹਿੰਦੁਸਤਾਨ ਆ ਅੱਜ ਇਹ ਤਾਕਤ ਆ
ਤੇ ਹੁਣ ਵਰਲਡ ਪਾਵਰ ਆ ਜਿਹੜੀ ਹੁਣ ਇੱਥੇ ਦੁਨੀਆ ਸਾਰੀ ਇਨਵੈਸਟ ਕਰਨ ਆ ਜਿਹੜੀ ਦੁਨੀਆ ਦੀ ਉਹ ਇੱਥੇ ਆ ਰਹੀ ਆ ਤੇ ਲੋਕਾਂ ਨੇ ਜਾਂ ਦੇਸ਼ਾਂ ਨੇ ਬੜੇ ਬੜਿਆਂ ਨੇ ਉਹਨਾਂ ਨੇ ਦੋਸਤੀ ਹਿੰਦੁਸਤਾਨ ਨਾਲ ਕਰਨੀ ਜਾਂ ਤੁਹਾਡੇ ਸਾਹਮਣੇ ਨਾਲ ਤੁਹਾਡੇ ਇਸ ਕਰਕੇ ਪੰਨੂ ਸਾਹਿਬ ਤੇ ਤੁਹਾਡੇ ਸਾਰੇ ਜਿੰਨੇ ਵੀ ਤੁਸੀਂ ਆ ਜੰਮੂ ਕਸ਼ਮੀਰ ਚ ਇੱਕ ਵੀ ਕੋਈ ਅਰਦਾਸ ਕਰਨ ਗਿਆ ਕਦੇ ਕਹਿੰਦੇ ਜਾਲੀਆਂ ਲਾਤੀਆਂ ਜੀ ਫੌਜਾਂ ਲਾਤੀਆਂ ਜੀ ਕੋਈ ਪੰਜਾਬ ਚ ਅਰਦਾਸ ਨੀ ਕੋਈ ਹਰਿਆਣੇ ਚ ਅਰਦਾਸ ਨੀ ਕੋਈ ਦਿੱਲੀ ਚ ਅਰਦਾਸ ਨੀ ਲੋਕ ਅਰਦਾਸ ਕਰਦੇ ਆ ਆਪਣੇ ਰੋਜ਼ ਅਰਦਾਸ ਹੁੰਦੀ ਹੈ ਗੁਰੂ ਧਾਮਾਂ ਨਾਲ ਹੁੰਦੀ ਹੈ ਆਪਣੇ ਪੰਥ ਦੀ ਚੜ੍ਹਦੀ ਕਲਾ ਲਈ ਹੁੰਦੀ ਹੈ ਆਪਣੇ ਦੇਸ਼ ਲਈ ਹੁੰਦੀ ਹੈ ਆਪਣੇ ਸੂਬੇ ਲਈ ਹੁੰਦੀ ਹੈ ਇਸ ਕਰਕੇ ਤੁਸੀਂ ਤਬਾਹ ਕਰਨ ਵਾਲੇ ਹੋ ਇਸ ਕਰਕੇ ਮੇਲ ਦਿੱਤੀ ਸੀ ਵੱਧ ਤੋਂ ਵੱਧ ਇਹਨਾਂ ਦੇ ਸਾਨੂੰ ਭੇਜੋ ਇਸ ਗੱਲ ਤੇ ਵੀ ਇਹਨਾਂ ਦੇ ਕੀ ਕਰਤੂਤਾਂ ਕੀ ਕਾਰਨਾਮੇ ਰਹੇ ਆ ਇਸ ਕਰਕੇ ਮੇਲ ਤੇ ਜਿਹੜੀ ਤੁਸੀਂ ਇੰਨੇ ਦਿਨਾਂ 12 ਘੰਟੇ ਜਿਹੜੀਆਂ ਇਹਨਾਂ ਦੇ ਖਿਲਾਫ ਕੰਪਲੇਂਟਸ ਭੇਜੀਆਂ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਤੱਕ ਇਹਨਾਂ ਦਾ ਜਿਹੜਾ ਹੈ ਉਹ ਰੰਗ ਆ ਜਿਹੜਾ ਇਹਨਾਂ ਦਾ ਅਸਲੀ ਉਹ ਲੋਕਾਂ ਨੇ ਮੂਹਰੇ ਰੱਖੀਏ ਪਰ ਵੱਧ ਤੋਂ ਵੱਧ ਭੇਜੋ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374 94647 84374 94648